ਤਸਵੀਰਾਂ ਲੈ ਕੇ ਆਇਆ ਹੈ। ਕੱਲ੍ਹ ਦਾ ਦਿਨ ਸ਼ਿੰਭੂ ਬਾਰਡਰ ਤੁਸੀਂ ਜੋ ਕੁਛ ਦੇਖਿਆ, ਪੰਜਾਬ ਦੇ ਨੌਜਵਾਨ ਵੀ ਪਹੁੰਚੇ ਨੇ, ਬਾਈ ਜੀ ਖਿੱਚ ਲਈਆਂ ਤਿਆਰੀਆਂ ਫਿਰ ਦਿੱਲੀ ਦੀਆਂ? ਤਿਆਰੀਆਂ ਪੂਰੀਆਂ ਵਾ, ਤਿਆਰੀ ਦਾ ਹੁਣ ਮੋਦੀ ਖਿੱਚੇ ਹੋਰ ਪਾਸੇ ਦੀ, ਸਾਡੀ ਤਾਂ ਪੂਰੀ ਤਿਆਰੀ ਹੈ, ਤਿਆਰੀ 'ਚ ਆਏ ਹਾਂ ਬਾਈ। ਕਿੱਥੋਂ ਆਏ ਤੁਸੀਂ, ਪੰਜਾਬ ਦੇ ਕਿਹੜੇ ਹਿੱਸੇ ਤੋਂ? ਅਸੀਂ ਵੀਰੇ ਜਗਰਾਉਂ ਤੋਂ, ਕੌਂਕੀ ਕਲਾ ਪਿੰਡ ਤੋਂ। ਦੋ ਤਿੰਨ ਦਿਨਾਂ ਤੋਂ ਜਿਵੇਂ ਲਗਾਤਾਰ ਸੰਘਰਸ਼ ਮਗਦਾ ਜਾ ਰਿਹਾ, ਤੁਸੀਂ ਦੇਖਿਆ ਗਾ ਪੰਜਾਬ 'ਚ ਵੀ, ਹਰਿਆਣੇ 'ਚ ਮੁੜ ਕੇ ਆ ਬਾਰਡਰ ਤੇ? ਦੋ ਤਿੰਨ ਦਿਨ ਤਾਂ ਬਾਈ ਤੁਹਾਨੂੰ ਲੱਗਦਾ ਵਾ ਬਹੁਤ, 25-26 ਦਿਨ ਹੋ ਗਏ, ਦੋ ਮਹੀਨੇ ਹੋ ਗਏ। ਬਿਲਕੁਲ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀਗਾ, ਹੁਣ ਜਿਵੇਂ ਟਕਰਾਅ, ਤੁਹਾਨੂੰ ਕੀ ਲੱਗਦਾ ਦਿੱਲੀ ਦਾ ਜਿਹੜਾ ਵਤੀਰਾ ਹੈਗਾ, ਗਾਂਹ ਵੱਧਦੇ ਆ, ਤੁਹਾਨੂੰ ਲੱਗਦਾ ਕਿ ਗਾਂਹ? ਅਸੀਂ ਤਾਂ ਬਾਈ ਸ਼ਾਂਤਮਈ ਨਾਲ, ਇੱਥੇ ਵੀ ਸ਼ਾਂਤਮਈ ਨਾਲ ਧਰਨਾ ਦੇਣਾ ਆ, ਜੇ ਹੁਣ ਗਾਂਹ ਫਿਰ ਉਹ ਉੱਦਾਂ ਨਾ ਕਰਨਗੇ ਫਿਰ ਉੱਦਾਂ ਦਾ ਸਾਨੂੰ ਵੀ ਬਰੋਬਰ ਕੁੱਟ ਖਾਣ ਤਾਂ ਆਏ ਨੀ ਗੇ, ਭਾਜੀ ਦਾ ਬਰੋਬਰ ਹੀ ਮੁੜਾਂਗੇ। ਕੱਲ੍ਹ ਇੱਥੇ ਸੀਗੇ ਤੁਸੀਂ ਜੋ ਸਾਰਾ ਕੁਛ ਹੋਇਆ? ਇੱਥੇ ਹੀ ਆ, ਇੱਥੇ ਹੀ ਆ ਬਾਈ, ਕੱਲ੍ਹ ਪਰਸੋਂ ਦੇ ਇੱਥੇ ਹੀ ਆ ਬਾਈ ਜੀ। ਹਾਂਜੀ ਹਾਂਜੀ, ਸ਼ਾਂਤਮਈ ਤੁਸੀਂ ਕਹਿੰਦੇ ਗਾਂਹ ਵਧਣਾ, ਗਾਂਹ ਵਧ ਕੇ ਅਸੀਂ ਕਰਾਂਗੇ ਕੀ? ਗਾਂਹ ਵਧ ਕੇ ਸਾਨੂੰ ਇੱਕ ਗਰਾਊਂਡ ਮਿਲ ਜੂਗਾ, ਗਰਾਊਂਡ 'ਚ ਬਹਿ ਜਾਂਗੇ, ਚਾਰ ਦੀਵਾਰੀ ਕੀਤੀ ਹੋਈ ਆ, ਸਟੇਜ ਲੱਗੀ, ਸਟੇਜ ਤਾਂ ਪੰਜਾਬ 'ਚ ਵੀ ਲੱਗੀਆਂ ਹੋਈਆਂ ਨੇ। ਜਥੇਬੰਦੀਆਂ ਨੂੰ ਤੁਹਾਨੂੰ ਮਤਲਬ ਕੀ ਹੁਕਮ ਨੇ, ਕਿਉਂਕਿ ਜਥੇਬੰਦੀਆਂ ਦੀ ਅਗਵਾਈ 'ਚ ਹੁਣ ਸਾਰਾ ਕੁਛ? ਅਸੀਂ ਬਾਈ ਗਵਾਹੀ ਉਹਨਾਂ ਨੂੰ ਦਿੱਤੀ ਆ, ਬਾਂਗ ਡੋਰ ਆਪਦੇ ਵੱਡੇ ਵਡੇਰਿਆਂ ਨੂੰ ਦਿੱਤੀ ਆ, ਪਰ ਜੇ ਤੁਸੀਂ ਦੇਖੋ ਵੀ ਆ 10-12 ਕਿਲੋਮੀਟਰ ਲੰਬਾ ਜਾਮ ਆ ਜੀ, ਤੇ ਸਵੇਰ ਦੇ ਉੱਥੋਂ ਅੱਜ ਤਾਂ ਹਜੇ ਗਏ ਨਹੀਂ ਹੈਗੇ, ਕੱਲ੍ਹ ਦੇ ਵਿੱਚ 4-5 ਗੇੜੇ ਇੱਥੋਂ ਉੱਥੇ ਦੇ ਲਾਤੇ, ਸਾਰਾ ਟਰੱਕ ਵਪਾਰੀ ਵਰਗ ਸਾਰਾ ਖੜਾ ਵਾ, ਜੇ ਇਹ ਸਮਾਨ ਉਹਨਾਂ ਕੋਲ ਪਹੁੰਚਣ ਤੋਂ ਰੁਕੂਗਾ, ਇਹਨੂੰ ਅਸੀਂ ਹੋਲਡ ਕਰਾਂਗੇ, ਤਾਂ ਹੀ ਜਾ ਕੇ ਕੁਛ ਉੱਥੇ ਹੱਲਾ ਗੁੱਲਾ ਹੋਊਗਾ। ਜੇ ਅਸੀਂ ਉੱਥੇ ਜਾ ਕੇ ਗਰਾਊਂਡ 'ਚ ਬਹਿ ਗਏ, ਚਾਰ ਦੀਵਾਰੀ ਆ, ਸਟੇਜ ਲਾ ਲਓ, ਇਹਨੂੰ ਲੰਬਾ ਕਰਨ ਦੇ ਕਿਤੇ ਨਾ ਕਿਤੇ ਤਾਂ ਸਾਨੂੰ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ 'ਤੇ ਸ਼ੱਕ ਵੀ ਹੋਣ ਲੱਗ ਜਾਂਦਾ ਵੀ ਇਹ ਕਿਉਂ ਇਹ ਸਭ ਕੁਛ ਕਰ ਰਹੀਆਂ ਨੇ, ਇਹਦੇ ਪਿੱਛੇ ਵੀ ਸਾਨੂੰ ਕਾਰਨ ਦੇਖਣੇ ਪੈਣੇ ਆ ਵੀ ਇਹ ਵਾਕਈ ਸਹੀ ਆ ਜਾਂ ਗਲਤ ਆ। ਜਿਹੜਾ ਵੀ ਹੈਗਾ ਸੰਘਰਸ਼ ਆ, ਰੋਡ ਬਲੋਕ ਕਰਾਂਗੇ, ਰੋਡ ਜਾਮ ਕਰਾਂਗੇ, ਤਾਂ ਹੀ ਕੁਛ ਮਿਲੂਗਾ, ਗਰਾਊਂਡ 'ਚ ਬੈਠ ਕੇ ਸਾਨੂੰ ਕੀ ਮਿਲੂਗਾ? ਤੁਸੀਂ ਆਪ ਤੁਹਾਨੂੰ ਲੱਗਦਾ, ਤੁਹਾਨੂੰ ਲੱਗਦਾ ਕਿ ਜਿਹੜੀ ਗਰਾਊਂਡ 'ਚ ਬੈਠਣ ਵਾਲੀ ਗੱਲ ਕਰ ਰਹੇ ਨੇ ਉਹਦੇ ਨਾਲ ਡੱਬੇ 'ਚ ਬੰਦ ਹੋ ਜਾਣਗੇ ਜਿਹੜਾ ਜਿਹੜਾ ਸਾਰਾ? ਬਾਈ ਤੁਸੀਂ 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 ਬਾਈ ਜੀ ਬਾਈ ਜੀ ਤੁਸੀਂ ਸਾਡੇ ਸਿਰੇ ਪੁੱਛੋ, ਤੁਸੀਂ ਖੁਦ ਇੱਕ ਬਿਲਕੁਲ ਇਸ ਵਕਤ ਦਰਸ਼ਕ ਸਾਡੇ ਨਾਲ ਜੁੜੇ ਨੇ, ਦਿਖਾਉਂਦੇ ਆ ਜਿਹੜੇ ਨੈਸ਼ਨਲ ਹਾਈਵੇ ਥਾਣੀ ਸਾਰਾ ਸਪਲਾਈ ਦਿੱਲੀ ਨੂੰ ਜਾਂਦਾ ਹੈ, ਇਸ ਵਕਤ ਰੁਕਿਆ ਹੋਇਆ ਇਹ ਜਿਹੜਾ ਜਾਮ ਲੱਗ ਰਿਹਾ ਹੈ, ਇਹਦਾ ਜਿਹੜਾ ਪ੍ਰਭਾਵ ਹੈ ਜਿਹੜਾ ਕੱਲ੍ਹ ਦਾ ਜੂਝ ਰਹੇ ਨੇ ਕਿਸਾਨ ਬਾਈ, ਤੁਹਾਨੂੰ ਪੰਜਾਬ ਸਾਰਾ ਦੇਖ ਰਿਹਾ, ਬਹੁਤ ਸਾਰੀਆਂ ਆਸਾਂ ਨੇ ਪੰਜਾਬ ਨੂੰ ਤੁਹਾਡੇ ਤੋਂ ਕਿਉਂਕਿ ਤੁਸੀਂ ਮੋਰਚਾ ਸਾਂਭਿਆ ਹੋਇਆ ਹੈ, ਪੰਜਾਬ ਨੂੰ ਸਾਡੇ ਤੋਂ ਨਹੀਂ, ਸਾਨੂੰ ਪੰਜਾਬ ਤੋਂ ਆਸਾਂ ਨੇ, ਪੰਜਾਬ ਸਾਡਾ ਬਹੁਤ ਸੋਹਣਾ ਵਾ, ਪੰਜਾਬ ਦੇ ਵਿੱਚ ਬਹੁਤ ਕੁਛ ਆ, ਪੰਜਾਬ ਨੂੰ ਸਾਂਭਣ ਦੀ ਲੋੜ ਆ, ਪੰਜਾਬ ਨੂੰ ਅਸੀਂ ਨਹੀਂ ਕੁਝ ਦੇ ਸਕਦੇ, ਪੰਜਾਬ ਵੱਡਿਆਂ ਵਡੇਰਿਆਂ ਤੋਂ ਚੱਲਦਾ ਆ ਰਿਹਾ, ਪੰਜਾਬ ਨੇ ਸਾਨੂੰ ਦਿੱਤਾ ਹੋਇਆ, ਠੀਕ ਹੈ ਕਿ ਨਹੀਂ, ਪੰਜਾਬ ਨੂੰ ਸਾਡੇ ਤੋਂ ਨਹੀਂ ਆਸਾ, ਸਾਨੂੰ ਪੰਜਾਬ ਤੋਂ ਆਸਾਂ ਵਾ, ਜੇ ਅਸੀਂ ਉਹਨੂੰ ਬਚਾ ਲਾਂਗੇ ਤਾਂ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਬਚ ਜਾਣਗੀਆਂ। ਬਿਲਕੁਲ, ਨਸਲਾਂ ਬਚ ਜਾਣਗੀਆਂ। ਬਾਈ ਘਰੇ ਕੀ ਕਿਆ ਕਿਆ ਉਹ ਕਰਦੇ, ਪੂਰਾ ਸਪੋਰਟ ਕਰ ਰਹੇ ਨੇ ਘਰ? ਬਾਈ ਘਰੇ ਆਰ ਪਾਰ ਦੀ ਲੜਾਈ ਕਰਦੇ, ਆਰ ਪਾਰ ਦੀ ਲੜਾਈ ਕਹਿ ਕੇ ਆਏ ਹਾਂ ਵੀ ਘਰੇ ਮੁੜੇ ਨਾ ਮੁੜੇ ਤਾਂ ਵੀ ਕੋਈ ਚੱਕਰ ਨਹੀਂ, ਜੇ ਸਾਡੇ ਹੱਕ ਹੀ ਨਾ ਰਹੇ ਫਿਰ ਸਾਡਾ ਘਰੇ ਮੁੜਨ ਦਾ ਵੀ ਕੀ ਫਾਇਦਾ ਵਾ, ਸਾਨੂੰ ਕੋਈ ਚੱਕਰ ਨਹੀਂ। ਕਦੇ ਇਹ ਲੱਗਦਾ ਜੇ ਗਰਾਊਂਡ 'ਚ ਬਹਿ ਗਏ ਫਿਰ ਪੰਜਾਬ ਮੁੜਦਿਆਂ ਨੂੰ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਇਹਨਾਂ ਲਈ ਜ਼ਰੂਰ ਤਿਆਰ ਹੋ ਜਾਓ, ਇਹਨਾਂ ਤੋਂ ਜ਼ਰੂਰ ਸਵਾਲ ਪੁੱਛਿਓ ਵੀ ਚੰਗੇ ਭਲੇ ਲੋੜਾਂ 'ਤੇ ਬੈਠੇ ਸੀ, ਸਭ ਕੁਛ ਸੀਗਾ, ਤੁਸੀਂ ਅੱਗੇ ਵੱਧ ਕੇ ਦਿੱਲੀ ਦਿੱਲੀ ਜਾਣਾ ਦਿੱਲੀ ਜਾਣਾ, ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰਿਆ ਹੋਇਆ, ਦਿੱਲੀ ਦੇ ਅੰਦਰ ਜਾ ਕੇ ਗਰਾਊਂਡ 'ਚ ਬਹਿ ਕੇ ਕੀ ਕਰਨਾ, ਜਿਹੜਾ ਰੋਡ 'ਤੇ ਵੀ ਹੋ ਸਕਦਾ, ਜੇ ਇਹ ਚਾਰ ਜਥੇਬੰਦੀਆਂ ਪੰਜ ਜਥੇਬੰਦੀਆਂ ਆਪਸ ਵਿੱਚ ਹੀ ਕੰਪਰੋਮਾਈਜ਼ ਨਹੀਂ ਕਰ ਸਕਦੀਆਂ, ਆਪਸ ਵਿੱਚ ਹੀ ਸਮਝੌਤਾ ਨਹੀਂ ਕਰ ਸਕਦੀਆਂ, ਲੋਕਾਂ ਨੂੰ ਕੀ ਦਿਸ਼ਾ ਨਿਰਦੇਸ਼ ਦੇਣਗੇ? ਕਿ ਜਥੇਬੰਦੀਆਂ ਦੇ ਜਿੰਨੇ ਵੀ ਲੋਕ ਦਿੱਲੀ ਦੇ ਕਿਸੇ ਵੀ ਬਾਰਡਰ 'ਤੇ ਪਹੁੰਚੇ ਆ, ਉਹ ਆਪ ਮੁਹਾਰਾ ਪਹੁੰਚਿਆ, ਜਥੇਬੰਦੀਆਂ ਦੇ ਬੰਦੇ ਕੱਲ੍ਹ ਸ਼ਾਮ ਨੂੰ ਆਏ ਨੇ, ਸ਼ਾਮ ਤੋਂ ਵੀ ਲੇਟ ਆਏ ਨੇ, ਕਿਸੇ ਵੀ ਜਥੇਬੰਦੀ ਦਾ ਕੋਈ ਵੀ ਆ, ਉਹ ਇੰਨਾ ਕੁ ਲੇਟ ਪਹੁੰਚਿਆ ਕੋਈ ਅੰਤ ਨਹੀਂ ਹੈਗਾ, ਆਪ ਮੁਹਾਰੇ ਲੋਕ ਪਹੁੰਚੇ ਨੇ, ਪਰ ਲੋਕਾਂ ਨੇ ਫਿਰ ਵੀ ਸਮਝਦਾਰੀ ਦਿਖਾਈ, ਜਿਵੇਂ ਯੂਥ ਨੂੰ ਬਦਨਾਮ ਕਰਦੇ ਨੇ, ਯੂਥ ਗਰਮ ਖਿਆਲੀ ਆ, ਯੂਥ ਆਹ ਨਾ ਕਰ ਦੇਵੇ, ਯੂਥ ਆਹ ਨਾ ਕਰ ਦੇਵੇ, ਪਰ
ਸਾਨੂੰ ਦੇਖਣ ਦੀ ਲੋੜ ਹੈ ਜਿਹੜੇ ਸਿਆਣੇ ਬੰਦੇ ਆ ਉਹ ਕਿੰਨੇ ਸਮਝਦਾਰ ਨੇ, ਉਹ ਆਪ ਆਪ ਹੱਲਾ ਗੁੱਲਾ ਕਰਦੇ ਨੇ, ਨਾਮ ਜੂਥ ਦਾ ਲੱਗਦਾ, ਜੂਥ ਨੂੰ ਬਦਨਾਮ ਕਰਦੇ ਨੇ, ਪਰ ਜੂਥ ਚ ਬਾਈ ਇਵੇਂ ਦਾ ਕੁਛ ਨਹੀਂ, ਬੜੀ ਸ਼ਾਂਤਮਈ ਆ, ਕੱਲ੍ਹ ਦਿੱਲੀ ਤੱਕ ਲੈ ਵੀ ਆਏ, ਪਹੁੰਚ ਵੀ ਗਏ, ਜੂਥ ਦੇ ਕਰਕੇ ਹੀ ਪਹੁੰਚਿਆ, ਆਪ ਤਾਂ ਇਹ ਪਤਾ ਨਹੀਂ ਕਿੰਨਾ ਟਾਈਮ ਪਿੱਛੇ ਸੀਗੇ। ਠੀਕ ਆ, ਇਹਨਾਂ ਨੂੰ ਸਿਰਫ ਇਹ ਆ ਵੀ ਉਹ ਜਥੇਬੰਦੀ ਨਾਲ ਅੱਗੇ ਲੰਘ ਜੇ, ਉਹ ਨਾ ਲੰਘ ਜੇ, ਆਪਸ ਵਿੱਚ ਹੀ ਪਾਟੇ ਹੋਏ ਨੇ। ਜਿਹੜਾ ਸੰਘਰਸ਼ ਆ ਇੱਥੇ ਤੱਕ ਬੇਲਗਾਮ ਆਇਆ, ਪਰ ਇਹਨਾਂ ਨੂੰ ਇੱਥੇ ਆ ਕੇ ਫਿਰ ਲਗਾਮ ਫੜਾਤੀ ਵੀ ਭਾਈ ਤੁਸੀਂ ਕੋਈ ਸੰਜਮ ਦੇ ਸਹੀ ਤਰੀਕੇ ਨਾਲ ਇਹਦਾ ਕੋਈ ਹੱਲ ਕਰੋ। ਹੁਣ ਦੇਖਦੇ ਹਾਂ ਕੀ ਕਰਦੇ ਆ ਜਥੇਬੰਦੀਆਂ ਨੇ ਕੀ ਪਿੱਛੇ ਤੱਕ, ਕਿਉਂਕਿ ਸਾਰੀ ਬਈ ਜਥੇਬੰਦੀ ਕੋਈ ਪਹੁੰਚੀ ਵੀ ਨਹੀਂ, ਆਪ ਮਾਰੇ ਲੋਕ ਪਹੁੰਚੇ ਨੇ ਜਥੇਬੰਦੀਆਂ ਦੇ ਜਿੰਨੇ ਲੀਡਰ ਨੇ ਪੰਜਾਬ ਤੋਂ ਕਹਿ ਕੇ ਲੈ ਕੇ ਇਹਨਾਂ ਲੋਕਾਂ ਦੀ ਮਾਨਸਿਕਤਾ ਤੇ ਅਟੈਕ ਕਰ ਰਹੇ ਆ। ਕਹਿੰਦੇ ਜਿੱਥੇ ਰੋਕਿਆ ਉੱਥੇ ਬਹਿ ਜਾਂਗੇ, ਬਾਰਡਰ ਤੇ ਰੋਕ ਲਿਆ ਸੀ, ਇਹਨਾਂ ਦਾ ਫੈਸਲਾ ਤਾਂ ਬਾਰਡਰ ਤੱਕ ਸੀਗਾ, ਤੇ ਉਹ ਇੱਕ ਦੋ ਜਥੇਬੰਦੀਆਂ ਉੱਥੇ ਬੈਠੀਆਂ ਵੀ ਆ, ਉਹਨਾਂ ਨੇ ਜਦੋਂ ਦੇਖਿਆ ਲੋਕਾਂ ਦਾ ਹਜੂਮ, ਲੋਕ ਆਪ ਮਹਾਰੇ ਦਿੱਲੀ ਪਹੁੰਚ ਗਏ ਤਾਂ ਦੂਸਰੇ ਦਿਨ ਉਹ ਤੁਰੀਆਂ ਨੇ। ਸਾਨੂੰ ਸਮਝਣ ਦੀ ਲੋੜ ਹੈ ਵੀ ਜਿਹੜੀਆਂ ਜਥੇਬੰਦੀਆਂ ਕੀ ਸਾਡੇ ਹੱਕਾਂ ਲਈ ਸਹੀ ਤਰੀਕੇ ਨਾਲ ਲੜ ਰਹੀਆਂ, ਜੇ ਨਹੀਂ ਲੜ ਰਹੀਆਂ ਤਾਂ ਇਹਨਾਂ ਨੂੰ ਲਾਹਨਤਾਂ ਪਾਓ। ਦਿੱਲੀ ਨੂੰ ਲਾਹਨਤਾਂ ਪਾਓ। ਤੁਸੀਂ ਆਪ ਮਹਾਰੇ ਆਏ ਹੋ, ਆਪ ਮਹਾਰੇ ਆਏ ਹੋ ਜਾਂ ਫਿਰ ਕਿਸੇ ਪਾਰਟੀ ਦੇ ਨਾਲ ਜਾਂ ਫਿਰ ਕਿਵੇਂ? ਆਪ ਮਹਾਰੇ ਪਹੁੰਚੇ ਆ, ਤਕਰੀਬਨ ਜੇ ਅਸੀਂ ਦੇਖੀਏ 50% ਇਕੱਠ ਜਿਹੜਾ ਆਪ ਮਹਾਰੇ ਪਹੁੰਚਿਆ ਹੋਇਆ, ਆਪ ਮਹਾਰੇ ਨੂੰ ਕੋਈ ਜਥੇਬੰਦੀ ਦਾ ਨਹੀਂ। ਹਰੇਕ ਬੰਦਾ ਆਪਦੇ ਹੱਕ ਲਈ ਆਇਆ, ਬਾ ਕੋਈ ਕਿਸੇ ਲਈ ਨਹੀਂ ਆਇਆ, ਹਰੇਕ ਬੰਦਾ ਆਪਦੇ ਹੱਕ ਲਈ। ਬਾਈ ਤੁਸੀਂ ਕੱਲ ਦੇ ਅਸੀਂ ਵੀ ਦੇਖ ਰਹੇ ਹਾਂ ਕਿ ਹਰਿਆਣਾ ਤੋਂ ਕਿੰਨਾ ਕੁ ਸਹਿਯੋਗ ਮਿਲ ਰਿਹਾ, ਕਿੰਨਾ ਹਰਿਆਣਾ ਦੇ ਲੋਕ ਬਹੁਤ ਸਾਥ ਦੇ ਰਹੇ ਨੇ, ਲੰਗਰ ਲਾ ਰਹੇ ਨੇ, ਸਾਡੇ ਲੋਕਾਂ ਦੇ ਫੁੱਲ ਸੈੱਟ ਰਹੇ ਨੇ, ਦੇਰ ਨਾਈਟ ਤੱਕ ਜਦੋਂ ਅਸੀਂ ਜਾਗਦੇ ਸੀ ਤਕਰੀਬਨ 1:30 ਵਜੇ ਤੱਕ ਵੀ ਲੰਗਰ ਲੈ ਕੇ ਆਪ ਮਗਰੀਆਂ ਬੰਨੀਆਂ ਹੋਈਆਂ ਨੇ ਤੇ ਹੱਥ 'ਚ ਦਾਲ ਦੇ ਪੀਪੇ ਜਾਂ ਜੋ ਵੀ ਉਹਨਾਂ ਦਾ ਸਮਾਨ ਆ, ਚਾਹ ਵਾ। ਰਾਤ ਮੇਰੇ ਨਾਲ ਖੁਦ ਇੱਕ ਹਾਦਸਾ ਹੋਇਆ ਵਾ, ਜਦੋਂ ਉਧਰੋਂ ਪੈਦਲ ਆ ਰਹੇ ਸੀ ਤਾਂ ਇੱਥੇ ਸਾਹਮਣੇ TDI ਦੇ ਫਲੈਟ ਨੇ, ਉਹਦੇ 'ਚ ਇੱਕ ਬੰਦਾ ਡੋਲੂ ਦੇ ਵਿੱਚ ਚਾਹ ਬਣਾ ਕੇ ਲੈ ਕੇ ਆਇਆ, ਮੈਂ ਉਹਦੀ ਵੀਡੀਓ ਵੀ ਬਣਾਈ ਆ, ਮੇਰੇ ਕੋਲ ਵੀਡੀਓ ਆ, ਆਪਦੇ ਫਲੈਟ ਦੇ ਵਿੱਚੋਂ ਉਤਰ ਕੇ ਇੱਕ ਟਰਾਲੀ ਦੇ ਵਿੱਚ ਇੱਕ ਡੋਲੂ 'ਚ ਚਾਹ ਲੈ ਕੇ ਆਇਆ, 10-15 ਬੰਦੇ ਦੀ ਚਾਹ ਹੋਊਗੀ ਉਹਦੇ 'ਚ। ਤੇ ਉਹ ਕਹਿੰਦਾ ਬਾਈ ਮੇਰਾ ਦਿਲ ਕੀਤਾ ਵੀ ਮੈਨੂੰ ਚੈਨ ਨਹੀਂ ਆ ਰਿਹਾ ਸੀ ਵੀ ਠੰਡ ਦਾ ਮੌਸਮ ਆ, ਵੀ ਮੈਂ ਕੰਬਲ 'ਚ ਪਿਆ ਤੇ ਉਹਦੇ ਫਲੈਟ ਜਿਵੇਂ ਆ ਤੁਸੀਂ ਦੇਖਦੇ ਹੋ ਸਾਹਮਣੇ ਫਲੈਟ ਆ, ਦੇਖੋ ਐਵੇਂ ਦੇ ਫਲੈਟ ਦੇ ਵਿੱਚ ਇੱਕ ਡੋਲੂ ਦੇ ਵਿੱਚ ਚਾਹ ਲੈ ਕੇ ਆਇਆ। ਹਰਿਆਣੇ ਦੇ ਲੋਕ ਬਹੁਤ ਸਾਥ ਦੇ ਰਹੇ ਨੇ, ਬਹੁਤ ਹੀ ਵਧੀਆ ਰੋਲ। ਕੀ ਲੱਗਦਾ ਕਿ ਜੋ ਮੁੱਖ ਮੰਗ ਲੈ ਕੇ ਚੱਲੇ ਹੋ ਪੰਜਾਬ ਤੋਂ ਕਾਨੂੰਨ ਰੱਦ ਕਰਾਉਣ ਦੀ? ਬਾਈ ਜੀ ਇਹ ਜਿਹੜਾ ਸਾਨੂੰ ਤੁਸੀਂ ਪੁੱਛਦੇ ਹੋ, ਸਾਡੇ ਇਰਾਦੇ ਬਹੁਤ ਨੇਕ ਤੇ ਸਾਫ਼ ਨੇ, ਜਿੰਨੇ ਵੀ ਇੱਥੇ ਲੋਕ ਆਪ ਮੁਹਾਰੇ ਪਹੁੰਚੇ ਹੋਏ ਨੇ ਸਾਰੇ ਆਪਦੇ ਦਿਲੋਂ ਤਨੋਂ ਮਨੋ ਤੋਂ ਹਰ ਇੱਕ ਪਾਸਿਓਂ ਮਦਦ ਕਰਨ ਲਈ ਵੀ ਤੇ ਸਾਫ਼ ਇਰਾਦੇ ਨਾਲ ਚੱਲੇ ਨੇ। ਇਹ ਜਥੇਬੰਦੀਆਂ ਤੇ ਡਿਪੈਂਡ ਕਰਦਾ ਵੀ ਉਹਨਾਂ ਦੇ ਦਿਲਾਂ 'ਚ ਕੀ ਆ, ਜਿਨ੍ਹਾਂ ਨੂੰ ਇਹ ਬਾਂਗ ਡੋਰ ਅਸੀਂ ਦਿੱਤੀ ਆ, ਜਿਨ੍ਹਾਂ ਦੇ ਹੱਥ 'ਚ ਲਗਾਮ ਦਿੱਤੀ ਆ, ਉਹਨਾਂ ਦੇ ਬਹੁਤ ਡਿਪੈਂਡ ਕਰਦਾ। ਤੁਹਾਨੂੰ ਲੱਗਦਾ ਜਥੇਬੰਦੀਆਂ ਇਕੱਠੀਆਂ ਹੋ ਜਾਣ, ਸਹੀ ਫੈਸਲੇ ਹੋਣ ਤਾਂ ਇਹ ਕੋਈ ਵੱਡੀ ਗੱਲ ਨਹੀਂ ਜਿਹੜੀ ਮੰਗ? ਵੱਡੀ ਗੱਲ ਹੈ ਨਹੀਂ, ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਇਹਨਾਂ ਨੂੰ ਇਹੀ ਨਹੀਂ ਪਤਾ ਸੀਗਾ ਜਥੇਬੰਦੀਆਂ ਦੇ ਲੀਡਰਾਂ ਨੂੰ ਲਾਹਨਤਾਂ ਪਾਉਣ ਦੀ ਲੋੜ ਆ, ਵੀ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਜਾਣਾ ਕਿੱਥੇ ਤੱਕ ਆ, ਏਡਾ ਵੱਡਾ ਸੰਘਰਸ਼, ਏਡੇ ਵੱਡੀ ਗਿਣਤੀ 'ਚ ਲੋਕ ਪੰਜਾਬ ਤੋਂ ਆ ਗਏ ਇੱਥੇ। ਤੁਸੀਂ ਵੀ ਨਿਊਜ਼ ਚੈਨਲਾਂ 'ਤੇ ਦੇਖਿਆ ਹੋਊ, ਜਿਹੜੇ ਆਮ ਲੋਕ ਸੁਣ ਰਹੇ ਨੇ ਉਹਨਾਂ ਨੇ ਵੀ ਦੇਖਿਆ, ਕਹਿੰਦੇ ਹਲੇ ਵੀ ਬਹੁਤ ਪਿੱਛੇ ਵਗਦਾ ਵਗਾ ਰਿਹਾ, ਬਹੁਤ ਲੋਕ ਆ ਰਹੇ ਬਈ, ਆ ਰਹੇ ਨੇ, ਹਜੇ ਵੀ ਆ ਰਹੇ ਨੇ, 3-4 ਦਿਨ ਤੋਂ ਆ ਰਿਹਾ, ਚੱਲ ਰਿਹਾ ਕੰਮ, ਪਰ ਲੋਕਾਂ ਨੂੰ ਆਉਣ ਦਾ ਨਹੀਂ ਪਤਾ। ਜੇ ਚਲੋ ਇੱਕ ਇੰਨਾ ਹੋਣਾ ਚਾਹੀਦਾ, ਜੇ ਕੋਈ ਜਥੇਬੰਦੀ ਇੱਧਰ ਦੀ ਐਂਟਰ ਕਰ ਗਈ, ਕੋਈ ਉੱਧਰ ਦੀ ਕਰਦੀ ਆ, ਜੇ ਉਹ ਲੇਟ ਵੀ ਪਹੁੰਚ ਗਏ ਤਾਂ ਉਹਨਾਂ ਦਾ ਕਮ ਸੇ ਕਮ ਆਪਸ ਵਿੱਚ ਹੀ ਤਾਂ ਇੰਨਾ ਕੁ ਤਾਲਮੇਲ ਹੋਣਾ ਚਾਹੀਦਾ, ਲੋਕਾਂ ਨੂੰ ਕਹਿਣ ਵੀ ਜਿੱਥੇ ਜਿੱਥੇ ਹੈਗੇ ਉੱਥੇ ਉੱਥੇ ਬਹਿ ਜਾਓ। ਇਹ ਸੁਨੇਹਾ ਵੀ ਲੋਕਾਂ ਤੱਕ ਠੀਕ ਨਹੀਂ ਪਹੁੰਚ ਰਿਹਾ, ਜਿਹੜਾ ਸੰਘਰਸ਼ ਨੂੰ ਇੱਕ ਹੁੰਦਾ ਨਾ ਵੀ ਖੋ ਲਾਉਣ ਵਾਲਾ ਜਾਂ ਢਾਹ ਲਾਉਣ ਵਾਲਾ, ਤਾਰ ਪੀਟੋ ਕਰਨ ਵਾਲੇ, ਹਾਂ ਉਹ ਬੰਦੇ ਜ਼ਿਆਦਾ ਸਰਗਰਮ ਨੇ। ਸਾਨੂੰ ਮੇਰੇ ਹਿਸਾਬ ਨਾਲ ਵੀ ਤੀਜਾ ਦਿਨ ਆ ਇੱਥੇ, ਤੀਜੀ ਸਵੇਰ ਹੋ ਗਈ, ਸੁਬਹਾ ਦਾ ਦਿਨ ਆ,
ਤੇ ਹਜੇ ਤੱਕ ਇਹ ਨਹੀਂ ਪਤਾ ਜਾਣਾ ਕਿੱਥੇ ਆ, ਪਰ ਅਸੀਂ ਖੁਦ ਚਾਹੁੰਦੇ ਆ ਜਿਹੜਾ ਰੋਡ ਬਲੋਕ ਹੋਇਆ ਹੋਇਆ ਇਹੀ ਰੋਡ ਨੂੰ ਬਲੋਕ ਕਰੀ ਰੱਖੀਏ ਇੱਥੇ। ਬਾਈ ਹਜ਼ਾਰਾਂ ਦੀ ਗਿਣਤੀ ਚ ਲੋਕ ਨੇ, ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚ, ਮਤਲਬ ਕਿਹੋ ਜਿਹੇ ਲੋਕ ਤੁਹਾਨੂੰ ਮਿਲ ਰਹੇ, ਕੀ ਕੁਛ ਅਬਜ਼ਰਵ ਕਰ ਰਹੇ ਹੋ? ਵੀ ਬਾਈ ਲੋਕ ਜਿਹੜਾ ਆਮ ਲੋਕ ਆ, ਜਿਹੜਾ ਲੋਕ ਪੰਜਾਬ ਤੋਂ ਉੱਠ ਗਿਆ, ਹਰਿਆਣੇ ਤੋਂ ਉੱਠ ਗਿਆ, ਜਾਂ ਹੋਰਾਂ ਸਟੇਟਾਂ ਦੇ ਲੋਕ ਮਿਲਦੇ ਨੇ ਜਾਂ ਲੋਕਲ ਲੋਕ ਮਿਲਦੇ ਨੇ, ਉਹਨਾਂ ਦੇ ਇਰਾਦੇ ਤੁਹਾਨੂੰ ਪਹਿਲਾਂ ਹੀ ਦੱਸਿਆ ਬਹੁਤ ਅਨੇਕ ਨੇ। ਉਹ ਮੋਦੀ ਤੋਂ ਵੀ ਖੜਾ ਛਡਾਉਣਾ ਚਾਹੁੰਦੇ ਆ, ਮੋਦੀ ਦੇ ਬਿੱਲਾਂ ਤੋਂ ਵੀ, ਮੋਦੀ ਦਾ ਜੋ ਪ੍ਰਭਾਵ ਪਾ ਰਿਹਾ, ਜੋ ਦੇਸ਼ ਨੂੰ ਇੱਕ ਰੰਗ 'ਚ ਰੰਗਣ ਦੀ ਕੋਸ਼ਿਸ਼ ਕਰ ਰਹੇ ਨੇ, ਭਾਗਵੇਂ ਰੰਗ 'ਚ ਰੰਗਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਦੀ ਵਿਰੋਧਤਾ ਕਰ ਰਹੇ ਨੇ ਆਮ ਲੋਕ ਵੀ। ਲੋਕਾਂ 'ਤੇ ਨਹੀਂ ਸ਼ੱਕ ਕਰਨ ਦੀ ਲੋੜ, ਸ਼ੱਕ ਕਰਨ ਦੀ, ਜਿਹੜੇ ਸ਼ੱਕ ਦੇ ਦਾਇਰੇ 'ਚ ਸਾਨੂੰ ਲਿਆ ਕੇ ਖੜੇ ਕਰ ਰਹੇ ਨੇ, ਜਿਹੜਿਆਂ ਦੇ ਹੱਥ ਅਸੀਂ ਬਾਂਗ ਡੋਰ ਦਿੱਤੀ ਆ ਉਹਨਾਂ ਨੂੰ ਮੁੜ ਮੁੜ ਕੇ ਕਹਿੰਦੇ ਹਾਂ, ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਨਹੀਂ ਸਹੀ ਪਹੁੰਚ ਰਹੇ, ਦਿਸ਼ਾ ਨਿਰਦੇਸ਼ ਠੀਕ ਤਰ੍ਹਾਂ ਨਹੀਂ ਪਹੁੰਚ ਰਹੇ। ਹੋਰ ਕਹਿੰਦੇ ਹੁੰਦੇ ਵੀ ਜਦੋਂ ਇਹੋ ਜਿਹੇ ਸੰਘਰਸ਼ ਹੋਣ, ਸ਼ਰਾਰਤੀ ਤੱਤ ਵੀ ਭੇਜਦੇ ਜਾਂਦੇ ਨੇ ਵਿੱਚ, ਇਹੋ ਜਿਹੇ ਚੀਜ਼ਾਂ ਅਬਜ਼ਰਵ ਕਰੀਆਂ ਤੁਸੀਂ? ਇਹ ਸਭ ਬਾਅਦ ਦੀਆਂ ਗੱਲਾਂ ਨੇ, ਸ਼ਰਾਰਤੀ ਤੱਤ ਜਾਂ ਹੋਰ, ਪਹਿਲਾਂ ਸਾਨੂੰ ਹੀ ਨਹੀਂ ਪਤਾ ਵੀ ਅਸੀਂ ਜਾਣਾ ਕਿੱਥੇ, ਦਿੱਲੀ ਚੱਲੋ, ਦਿੱਲੀ ਚੱਲੋ ਕਹਿਤਾ, ਆਪ ਬਾਰਡਰਾਂ 'ਤੇ ਬਹਿ ਗਏ, ਆਪ ਦੂਜੇ ਦੋ ਦੋ ਦਿਨ ਬਾਅਦ ਤੁਰਦੇ ਆ, ਜਾਂ ਕੋਈ ਦੂਸਰੇ ਦਿਨ ਤੁਰਦਾ ਜਾਂ ਲੇਟ ਤੁਰਦੇ ਆ, ਜਦੋਂ ਤੁਰੇ ਵੀ ਨੇ ਤਾਂ ਆਪ ਇੱਥੇ ਲੇਟ ਪਹੁੰਚੇ ਨੇ, ਆਮ ਪਬਲਿਕ, ਆਮ ਲੋਕ ਪਹਿਲਾਂ ਪਹੁੰਚਿਆ ਹੋਇਆ ਇੱਥੇ, ਅਗਵਾਈ ਕਰਨ ਵਾਲੇ ਲੋਕ ਜਿਹੜੇ ਨੇ ਪਿੱਛੇ ਨੇ, ਜੇ ਕੋਈ ਅੱਗੇ ਆਉਣਾ ਚਾਹੁੰਦਾ ਜਾਂ ਅੱਗੇ ਆ ਕੇ ਕੋਈ ਅਗਵਾਈ ਕਰਦਾ, ਜਾਂ ਕੋਈ ਨੌਜਵਾਨ ਨੇ ਜਾਂ ਕੋਈ ਹੋਰ ਸੰਸਥਾਵਾਂ ਨੇ, ਉਹਨਾਂ ਨੂੰ ਇਹ ਮਿੰਟ ਲਾਉਂਦੇ ਨੇ ਬਲੇਮ ਕਰਨ ਨੂੰ, ਕਹਿਣ ਨੂੰ, ਪਰ ਕਿਸਾਨ ਜਥੇਬੰਦੀਆਂ ਦੇ ਏਕਾ ਨਹੀਂ ਦਿਸ ਰਿਹਾ ਇੱਥੇ, ਏਕਾ ਨਹੀਂ ਦਿਸ ਰਿਹਾ। ਅੱਜ ਬਾਈ ਫਿਰ ਤਿਆਰੀ ਕਰ ਲਈ, ਸਾਰੇ ਤਿਆਰ ਨੇ, ਤੁਸੀਂ ਕਿੱਧਰ ਦੀ ਹੁਣ, ਮਤਲਬ ਕੀ ਸੋਚਿਆ ਹੈਗਾ? ਅਸੀਂ ਬੈਠਾਂਗੇ ਇੱਥੇ ਹੀ ਬੈਠੇ ਆ, ਬਸ ਸਿਰਫ ਇਹ ਆ ਵੀ ਕੋਈ ਪੈਣ ਲਈ ਇੱਥੇ ਪੈ ਗਿਆ, ਕੋਈ ਇੱਥੇ ਪੈ ਗਿਆ, ਬਾਰਡਰ ਤੇ ਖੜੇ ਆ, ਜਿੱਥੋਂ 5-4 ਕਿਲੋਮੀਟਰ ਬਾਰਡਰ ਆ, ਉੱਥੇ ਟਰੈਕਟਰ ਵਾਲੇ ਲੱਗੇ ਹੋਏ ਨੇ, ਬਸ ਚੜ੍ਹ ਕੇ ਫਿਰ ਉੱਥੇ ਚੱਲੇ। ਬਹੁਤ ਬਹੁਤ ਧੰਨਵਾਦ ਬਾਈ, ਤੁਸੀਂ ਸਾਰਿਆਂ ਨੇ ਗੱਲਬਾਤ ਕੀਤੀ।